ਸਧਾਰਨ ਟੋਰਨੈਟੋ ਜਾਂ ਵਵੰਡਰ। ਸਮੱਗਰੀ ਦੋ ਖਾਲੀ ਬੋਤਲਾਂ ਜੁੜਵਾਂ ਢੱਕਣ। ਜੁੜਵਾਂ ਢੱਕਣ ਵਿੱਚ ਦੋਵੇਂ ਪਾਸੇ ਅੰਦਰੋਂ ਚੂੜੀ ਹੁੰਦੀ ਹੈ। ਤੁਸੀਂ ਇਸ ਨੂੰ ਦੋ ਢੱਕਣਾਂ ਵਿੱਚ ਛੇਕ ਕਰਕੇ ਆਪਸ ਵਿੱਚ ਜੋੜ ਕੇ ਵੀ ਬਣਾ ਸਕਦੇ ਹੋ। ਦੋ ਢੱਕਣਾਂ ਵਿੱਚ ਛੇਕ ਕਰਕੇ ਇਹਨਾਂ ਨੂੰ ਇੱਕ ਦੂਜੇ ਦੇ ਅੱਗੇ ਪਿੱਛੇ ਰੱਖ ਕੇ ਟੇਪ ਨਾਲ ਜੋੜ ਦਿਓ। ਇੱਕ ਪਾਸੇ ਖਾਲੀ ਬੋਤਲ ਜੋੜ ਦਿਓ, ਦੂਜੇ ਪਾਸੇ ਨੂੰ ਇੱਕ ਪਾਣੀ ਨਾਲ ਭਰੀ ਬੋਤਲ ਨਾਲ ਜੋੜ ਦਿਓ। ਦੋ ਬੋਤਲਾਂ ਆਪਸ ਵਿੱਚ ਜੁੜਵਾਂ ਢੱਕਣ ਨਾਲ ਜੁੜ ਜਾਣਗੀਆਂ। ਹੁਣ ਬੋਤਲਾਂ ਨੂੰ ਉਲਟਾ ਕਰਕੇ ਗੋਲ ਗੋਲ ਘੁਮਾ ਦਿਓ। ਤੁਸੀਂ ਵੇਖੋਗੇ ਕਿ ਇੱਕ ਪਾਣੀ ਦਾ ਬਵੰਡਰ ਦਾ ਰੂਪ ਧਾਰਨ ਕਰਕੇ ਇੱਕ ਬੋਤਲ ਤੋਂ ਦੂਜੀ ਬੋਤਲ ਵਿੱਚ ਜਾਂਦਾ ਹੈ। ਦੋ ਖਾਲੀ ਸੁੱਕਣ ਯੋਗ ਬੋਤਲਾਂ ਤੋਂ ਤੁਸੀਂ ਕਿੰਨਾ